ਗੱਲ ਕਰਨਾ, ਪਹਿਲਾਂ ਤੂੰ ਆਉਂਦਾ ਇਨਸਲਟ ਕਰਦਾ ਸਾਰਿਆਂ ਨੂੰ, ਬਾਹਰ ਚਲੋ ਸਾਰੇ ਜਾਣੇ, ਕੀ ਗੱਲ ਜੀ ਇਹ ਤੇਰੇ ਬਾਪ ਦਾ ਆਫਿਸ ਹੈਗਾ ਵੀ ਤੂੰ ਸਾਰਿਆਂ ਨੂੰ ਬਾਹਰ ਕੱਢਦਾ, ਪਹਿਲਾਂ ਐਂ ਦੱਸ ਪਲੀਜ਼ ਕਾਈਂਡ ਪਿਛਲੇ ਦਿਨੀ ਲੋਗਿਨ ਸਾਹਿਬ ਪਾਰਟੀ ਦੇ ਪ੍ਰਧਾਨ ਅਤੇ ਬਟਾਲਾ ਡੀਸੀ ਚ ਹੋਈ ਬਹਿਸ ਤੋਂ ਬਾਅਦ ਅਫਸਰਸ਼ਾਹੀ ਅਤੇ ਰਾਜਨੀਤਿਕ ਪਿੜ ਗਰਮਾਏ ਹੋਏ ਨੇ। ਬਟਾਲਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਮਰਜੀਤ ਬੈਂਸ ਉੱਪਰ ਬਦਸਲੂਕੀ ਕਰਨ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ। ਅੱਜ ਦੇ ਅਖ਼ਬਾਰਾਂ 'ਚ ਇਹ ਵੀ ਆਇਆ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਮਾਮਲਾ ਦਰਜ ਹੋਇਆ ਹੈ। ਖ਼ਬਰਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਛਪਿਆ, ਇਹ ਮਾਮਲਾ ਮੇਰੇ ਕਹਿਣ 'ਤੇ ਦਰਜ ਹੋਇਆ ਹੈ। ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਫਿਰ ਮੀਡੀਆ ਸਾਹਮਣੇ ਆਏ ਨੇ, ਜਿੱਥੇ ਉਹਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ। ਅੰਡਰਸਟੂਡ ਸੀਗਾ ਕਿਉਂਕਿ ਜਿਸ ਦਿਨ ਦਾ ਇੰਸੀਡੈਂਟ ਮੁਕੱਦਮਾ ਨਹੀਂ ਦਰਜ ਹੋਇਆ, ਦੂਸਰਾ ਦਿਨ ਨਿਕਲ ਗਿਆ, ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਅਸਲ ਦੇ ਵਿੱਚ ਕਾਰਨ ਕੀ ਹੈ, ਮੁਕੱਦਮਾ ਦਰਜ ਕਰਨ ਪਿੱਛੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਉੱਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਬਹੁਤ ਕਰੋੜੀ ਘਪਲਾ ਦਰਜ ਹੈਗਾ, ਕੈਂਸਲੇਸ਼ਨ ਦੇ ਵਰਖਿਲਾਫ਼ ਮੈਂ ਹਾਈ ਕੋਰਟ 'ਚ ਗਿਆ ਐਂਡ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਉਹ ਹਾਈ ਇੱਥੇ ਆਪਣੇ ਸੈਸ਼ਨ ਦੇ ਵਿੱਚ ਮੂਵ ਹੋਈ ਆ ਅਤੇ 19-9 ਤਰੀਕ ਹੈਗੀ ਸਾਡੀ ਹਾਈ ਕੋਰਟ 'ਚ ਕੈਪਟਨ ਅਮਰਿੰਦਰ ਸਿੰਘ ਦੇ ਵਰਖਿਲਾਫ਼ ਜਿਹੜਾ ਸਿਟੀ ਸੈਂਟਰ ਸਕੈਮ ਦੇ ਵਿੱਚ ਕਲੋਜ਼ਰ ਰਿਪੋਰਟ ਕੈਂਸਲੇਸ਼ਨ ਰਿਪੋਰਟ ਸੈਸ਼ਨ ਲੁਧਿਆਣਾ ਦੇ ਵਿੱਚ ਉਹਨੂੰ ਮੈਂ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ। ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰਾ ਯਾਰ ਬੋਲਦਾ, ਇਹ ਡੀ ਸੀ ਦੀ ਨਹੀਂ, ਇਹ ਮੁੱਖ ਮੰਤਰੀ ਸਾਹਿਬ ਦੀ ਚੁਬਨ ਹੈਗੀ ਆ। ਸੋ ਬੈਂਸ ਕਿਸੇ ਐੱਫ ਆਈ ਆਰ ਤੋਂ ਡਰਨ ਵਾਲਾ ਨਹੀਂ ਗਾ, ਸੱਚਾਈ ਦੇ ਨਾਲ ਖੜਾ, ਇਮਾਨਦਾਰੀ ਦੇ ਨਾਲ ਖੜਾ, ਲੋਕਾਂ ਦੇ ਨਾਲ ਖੜਾ। ਇਹ ਬਾਦਲ ਬੀਜੇਪੀ ਦੀ ਗਵਰਨਮੈਂਟ ਵੇਲੇ 13 ਐੱਫ ਆਈ ਆਰਾਂ ਝੂਠੀਆਂ ਦਰਜ ਹੋਈਆਂ, ਕੈਪਟਨ ਅਮਰਿੰਦਰ ਸਿੰਘ ਵੇਲੇ 4-5 ਦਰਜ ਹੋ ਗਈਆਂ। ਸੋ ਮੈਂ ਕਿਸੇ ਐਰੋਗੈਂਟ ਬੇਈਮਾਨ ਅਫਸਰ ਕਿਸੇ ਸਰਕਾਰ ਦੇ ਅੱਗੇ ਝੁਕਣ ਵਾਲਾ ਨਹੀਂ ਗਾ, ਸੱਚਾਈ ਦੇ ਨਾਲ ਖੜਾਂ ਅਤੇ ਸੱਚਾਈ ਦੇ ਨਾਲ ਡਟ ਕੇ ਖੜਾਂਗਾ। ਮੈਨੂੰ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਪੂਰਾ ਭਰੋਸਾ ਮਾਣ ਹੈਗਾ, ਮੇਰੇ ਤੇ 5-4 ਮੁਕੱਦਮੇ ਹਰ ਸਾਲ ਇਹ ਸਰਕਾਰਾਂ ਝੂਠੇ ਦਰਜ ਕਰਦੀਆਂ, 5-4 ਮੁਕੱਦਮੇ ਵਿੱਚ ਮਾਨਯੋਗ ਅਦਾਲਤਾਂ ਬਰੀ ਕਰ ਦਿੰਦੀਆਂ ਨੇ। ਮੈਂ ਨਾ ਸਰਕਾਰ ਤੋਂ ਡਰਨ ਵਾਲਾ ਅਤੇ ਨਾ ਮੈਂ ਸਰਕਾਰ ਦੀ ਹੱਥ ਠੋਕਾ ਬਣੀ ਪੁਲਿਸ ਕਿਸੇ ਏਜੰਸੀ ਕਿਸੇ ਅਫਸਰ ਤੋਂ ਡਰਨ ਵਾਲਾ। ਸੋ ਮੈਂ ਦੱਸ ਕੇ ਹਟਿਆ ਵੀ ਜੇ ਉਹ ਕੋਈ ਮੈਨੂੰ ਅਰੈਸਟ ਕਰਨਾ ਚਾਹੁਣ ਦੇ ਕੇ ਇਨਕਮ ਆ ਸਕਦੇ ਆ, ਮੈਂ ਕਿਹੜਾ ਮੁੱਕਰਦਾ ਇਸ ਗੱਲ ਤੋਂ, ਜਾਂ ਮੈਂ ਭੱਜਦਾ ਜਾਂ ਮੈਂ ਡਰਦਾ ਉਹਨਾਂ ਦੇ ਕੋਲੋਂ ਵੀ ਮੈਂ ਡਰ ਕੇ ਭੱਜ ਲੂੰਗਾ ਉਹਨਾਂ ਦੇ ਕੋਲੋਂ। ਮੈਂ ਜਿਹੜੀ ਗੱਲ ਕਹੀ ਆ, ਮੈਂ ਮੀਡੀਆ ਦੀ ਹਾਜ਼ਰੀ ਦੇ ਵਿੱਚ ਉਸ ਪੀੜਿਤ ਪਰਿਵਾਰ ਜਿਹਦਾ ਇੱਕ ਵਿਅਕਤੀ ਇਸ ਦੁਕਾਨ ਦੇ ਵਿੱਚ ਮੌਤ ਦੇ ਮੂੰਹ 'ਚ ਚਲਿਆ ਗਿਆ, ਡੈੱਡ ਬੋਡੀ ਨਹੀਂ ਮਿਲ ਰਹੀ, ਅਤੇ ਡੀ ਸੀ ਸਾਹਿਬ ਕੀ ਕਹਿ ਰਹੇ, ਡੀ ਸੀ ਸਾਹਿਬ ਉਹਨਾਂ ਨੂੰ ਇਨਸਲਟ ਕਰ ਰਿਹਾ, ਬਾਹਰ ਨਿਕਲੋ ਬਾਹਰ ਨਿਕਲੋ, ਤੁਹਾਨੂੰ ਅੰਦਰ ਕਿਹਨੇ ਵਾੜਿਆ। ਸੋ ਇਹ ਇੱਕ ਪਬਲਿਕ ਨੁਮਾਇੰਦੇ ਹੋਣ ਦੀ ਡਿਊਟੀ 'ਤੇ ਫਰਜ਼ ਅਦਾ ਕੀਤਾ। ਮੈਂ ਸਿਰਫ ਇੰਨਾ ਹੀ ਕਿਹਾ ਵੀ ਡੀ ਸੀ ਸਾਹਿਬ ਇਹ ਕਿਹੜਾ ਤੁਹਾਡੇ ਬਾਪ ਦਾ ਦਫ਼ਤਰ ਹੈਗਾ, ਹੁਣ ਤੁਸੀਂ ਇਹਨੂੰ 353 ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ 452। ਸੋ ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਖੁਦ ਸਿਟੀ ਸੈਂਟਰ ਸਕੈਮ ਦੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਆ, ਕੋਈ ਪੰਜਾਬ ਦੇ ਵਿੱਚੋਂ ਨਹੀਂ ਉੱਠਿਆ, ਉਹ ਸਿਮਰਜੀਤ ਬੈਂਸ ਆ ਜਿਹਨੇ ਚੈਲੰਜ ਕੀਤਾ ਕਿ ਜਿਹੜੀ ਵਿਜੀਲੈਂਸ ਪੁਲਿਸ ਕੈਂਸਲੇਸ਼ਨ ਰਿਪੋਰਟ ਦੇ ਰਹੀ ਆ ਗਲਤ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕਰੋੜੀ ਸਕੈਮ ਕੀਤਾ, ਉਹ ਟ੍ਰਾਇਲ ਫੇਸ ਕਰਨ, 19-9 ਤਰੀਕ ਜਿਹੜੀ ਉਹ ਸਾਡੀ ਹਾਈ ਕੋਰਟ ਦੇ ਵਿੱਚ ਹੈਗੀ ਹੈ ਕੈਂਸਲੇਸ਼ਨ ਨੂੰ ਰੋਕਣ ਵਾਸਤੇ, ਉਹਦੇ ਫਲਸਰੂਪ ਉਹਦਾ ਹੀ ਇਹ ਜਿਹੜੀ ਐੱਫ ਆਈ ਆਰ ਹੈਗੀ ਨਤੀਜਾ। ਮੈਂ ਅੱਜ ਫਿਰ ਅਪੀਲ ਕਰਦਾ ਲੋਕਾਂ ਨੂੰ ਕਿ ਇਹ ਐਰੋਗੈਂਟ ਬੇਈਮਾਨ ਹੰਕਾਰੀ ਅਫਸਰਸ਼ਾਹੀ ਤੋਂ ਡਰੋ ਨਾ, ਕਿਤੇ ਕੋਈ ਤੁਹਾਨੂੰ ਬੇਈਮਾਨ ਅਫਸਰ ਤੰਗ ਕਰਦਾ, ਕੋਈ ਤੁਹਾਨੂੰ ਥ੍ਰੈਟ ਕਰਦਾ,
ਲੋਕ ਇਨਸਾਫ ਪਾਰਟੀ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਵਾਸਤੇ 24 ਘੰਟੇ ਖੁੱਲ੍ਹੇ ਆ। ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਬੈਂਸ ਦੇ ਉੱਤੇ ਕੋਈ ਪਹਿਲੀ ਮੁਹਿੰਮ ਨਹੀਂ ਹੈਗੀ। ਮੈਂ ਬੈਂਸ ਕਿਸੇ ਬੇਈਮਾਨ ਅਫਸਰ ਕਿਸੇ ਸਮੇਂ ਦੀ ਬੇਈਮਾਨ ਹੋਈ ਸਰਕਾਰ ਤੋਂ ਡਰ ਕੇ ਘਰੇ ਬੈਠ ਜੂਗਾ। ਮੈਂ ਲੋਕਾਂ ਨੂੰ ਅਪੀਲ ਕਰੂੰਗਾ, ਉੱਠ ਕੇ ਖੜ੍ਹੇ ਹੋਵੋ। ਇਸ ਪੂਰੇ ਮਾਮਲੇ ਤੋਂ ਬਾਅਦ ਅਫਸਰਸ਼ਾਹੀ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀ ਹੈ ਅਤੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਵਰਕਰ ਬੈਂਸ ਨੂੰ ਸਹੀ ਠਹਿਰਾ ਕੇ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਜਤਾ ਰਹੇ ਨੇ। ਇਸ ਮਾਮਲੇ 'ਚ ਅੱਗੇ ਕੀ ਮੋੜ ਆਉਂਦਾ ਹੈ ਇਸ ਬਾਰੇ ਤਾਂ ਫਿਲਹਾਲ ਸਮਾਂ ਹੀ ਦੱਸ ਸਕੇਗਾ, ਪਰ ਸੋਸ਼ਲ ਮੀਡੀਆ 'ਤੇ ਸਿਮਰਜੀਤ ਬੈਂਸ ਨੂੰ ਲੋਕ ਸਹੀ ਠਹਿਰਾ ਰਹੇ ਨੇ। ਬਿਊਰੋ ਰਿਪੋਰਟ, ਡੀ ਨਿਊਜ਼ ਪੰਜਾਬ।